ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਅੱਜ ਇੱਕ ਖਾਸ ਗੱਲ ਆ ਜੋ ਤੁਹਾਡੇ ਨਾਲ ਹੀ ਸਾਂਝੀ ਕਰਨ ਜਾ ਰਿਹਾ ਹਾਂ ਕਿ ਜੋ ਆਤੰਕਵਾਦੀ ਮਿਲੀਟੈਂਟ ਜੋ ਪਾਕਿਸਤਾਨੀ ਜੋ ਸ਼ਾਇਦ ਖੁਆਬ ਦਿਲ ਦੇ ਵਿੱਚ ਇਹ ਲੈ ਰਹੇ ਆ ਕਿ ਅਸੀਂ ਜੰਮੂ ਕਸ਼ਮੀਰ ਖੋਲਾਂਗੇ ਜਾਂ ਕਸ਼ਮੀਰ ਖੋਲਾਂਗੇ, ਉਹਨਾਂ ਨੂੰ ਕੁਝ ਸਾਡੇ ਵੱਲੋਂ ਰਿਪਲਾਈ ਆ ਅਤੇ ਸ਼ੇਅਰ ਤੁਸੀਂ ਕਰਨਾ, ਤੁਹਾਡੀ ਮਰਜ਼ੀ। ਸ਼ੇਅਰ ਵਾਸਤੇ ਨਹੀਂ ਸੀ ਕਹਿੰਦੇ, ਤੁਸੀਂ ਸੁਣ ਲਿਓ। ਉਹ ਰੇਲ ਗੱਡੀਆਂ ਦੀ ਪਟੜੀ ਤੇ ਧਰਨੇ ਨੀ ਦੇਣੇ, ਖੂਨ ਛੱਲਾ ਮਾਰਦੇ ਜ਼ਮੀਰ ਮਰਨ ਨੀ ਦੇਣੇ। ਉਹ ਰੇਲ ਗੱਡੀਆਂ ਦੀ ਪਟੜੀ ਤੇ ਧਰਨੇ ਨੀ ਦੇਣੇ, ਖੂਨ ਛੱਲਾ ਮਾਰਦੇ ਜ਼ਮੀਰ ਮਰਨ ਨੀ ਦੇਣੇ। ਉਹ ਸਾਡਾ ਬਾਲਪਨ ਲੰਘਿਆ ਏ ਅਸਲੇ ਨਾ ਖੇਡ, ਬਾਲਪਨ ਲੰਘਿਆ ਏ ਅਸਲੇ ਨਾ ਖੇਡ, ਕਿਵੇਂ ਮਿਰਜੇ ਦੇ ਵਾਂਗੂ ਟਿੱਲੇ ਤੀਰ ਲੈ ਲਾਂਗੇ। ਜੇ ਗੱਲ ਅਣਖਾਂ ਤੇ ਆ ਗਈ ਅਸੀਂ ਖੋਲਾਂਗੇ ਲਾਹੌਰ, ਕਿਵੇਂ ਸੋਚਦੇ ਨੇ ਵੈਰੀ ਕਸ਼ਮੀਰ ਲੈ ਲਾਂਗੇ। ਉਹ ਜੇ ਗੱਲ ਅਣਖਾਂ ਤੇ ਆ ਗਈ ਅਸੀਂ ਖੋਲਾਂਗੇ ਲਾਹੌਰ, ਕਿਵੇਂ ਸੋਚਦੇ ਨੇ ਵੈਰੀ ਕਸ਼ਮੀਰ ਲੈ ਲਾਂਗੇ। ਉਹ ਜਿੰਨਾ ਲੜਨਾ ਹੀ ਹੁੰਦਾ ਸ਼ਰੇਆਮ ਹਿੱਕਾ ਤਾਣ ਦੇ, ਉਹ ਬਾਰਡਰਾਂ ਨੂੰ ਟੱਪ ਚੋਰੀ ਮਰਦ ਨੀ ਜਾਣਦੇ। ਉਹ ਜਿੰਨਾ ਲੜਨਾ ਹੀ ਹੁੰਦਾ ਸ਼ਰੇਆਮ ਹਿੱਕਾ ਤਾਣ ਦੇ, ਉਹ ਬਾਰਡਰਾਂ ਨੂੰ ਟੱਪ ਚੋਰੀ ਮਰਦ ਨੀ ਜਾਣਦੇ। ਉਹ ਜੇ ਬਾਗੇ ਮੂਹਰੇ ਖੜੇ ਅਸੀਂ ਦੇਤੀ ਲਲਕਾਰ, ਬਾਗੇ ਮੂਹਰੇ ਖੜੇ ਅਸੀਂ ਦੇਤੀ ਲਲਕਾਰ, ਗੱਲ ਥਾਣ ਵਾਲੀ ਛੱਡ ਲੀਰੋ ਲੀਰ ਲੈ ਲਾਂਗੇ। ਉਹ ਜੇ ਅਣਖਾਂ ਤੇ ਆ ਗਈ ਗੱਲ ਖੋਲਾਂਗੇ ਲਾਹੌਰ, ਕਿਵੇਂ ਸੋਚਦੇ ਨੇ ਵੈਰੀ ਕਸ਼ਮੀਰ ਲੈ ਲਾਂਗੇ। ਉਹ ਜੇ ਅਣਖਾਂ ਤੇ ਆ ਗਈ ਗੱਲ ਖੋਲਾਂਗੇ ਲਾਹੌਰ, ਕਿਵੇਂ ਸੋਚਦੇ ਨੇ ਵੈਰੀ ਕਸ਼ਮੀਰ ਲੈ ਲਾਂਗੇ। ਸਤਿ ਸ਼੍ਰੀ ਅਕਾਲ ਜੀ, ਜੈ ਹਿੰਦ।